ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਓੰਕਾਰ ਸਿੰਘ ਤੇਜੇ ਮੈਂ ਮਨਦੀਪ ਤੇਜੇ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਲੋਕ ਤੱਤ ਪੇਸ਼ ਕਰਨ ਲੱਗੇ ਆਂ ਭਾਈਚਾਰਾ ਉਮੀਦ ਹੈ ਜਰੂਰ ਪਸੰਦ ਆਊਗਾ ਹੋ ਨਿਭਦੀ ਨਾ ਕਦੇ ਸਾਂਝੀ ਵਾਲਤਾ ਨਿਵਦੀ ਨਾ ਕਦੇ ਸਾਂਝੀ ਵਾਲਤਾ ਓਏ ਹੁਣ ਦਿਲਾਂ ਵਿੱਚ ਜੇ ਬੇਈਮਾਨੀਆਂ ਪਾਈ ਚਾਰਾ ਖਾਲਿਆ ਸਿਆਸਤਾਂ ਤੇ ਨਸ਼ਿਆਂ ਨੇ ਖਾਲੀਆਂ ਜਵਾਨੀਆਂ ਪਾਈ ਚਾਰਾ ਖਾਲਿਆ ਸਿਆਸਤਾਂ ਤੇ ਨਸ਼ਿਆਂ ਨੇ ਖਾਲੀਆਂ ਜਵਾਨੀਆਂ ਹੋ ਉਹ ਆਗੂਆਂ ਦਾ ਕੰਮ ਫੁੱਟ ਪਾਉਣਾ ਸੀ ਬਈ ਚਾਲ ਕਾਮਯਾਬ ਹੋ ਗਈ ਉਹ ਲੋਕਾਂ ਵਿੱਚ ਤੜਵਾਜੀਆਂ ਬਣਾਉਣਾ ਸੀ ਬਈ ਚਾਲ ਕਾਮਯਾਬ ਹੋ ਗਈ ਉਹ ਪੋਲਿਆਂ ਨੇ ਬੁੱਝੀਆਂ ਨਰਮ ਜਾਂ ਪੋਲਿਆਂ ਨੇ ਬੁੱਝੀਆਂ ਨਰਮ ਜਾਂ ਉਹ ਮਿੱਠੀਆਂ ਗੱਲਾਂ ਚ ਸੀ ਸ਼ੈਤਾਨੀਆਂ ਪਾਈ ਚਾਰਾ ਖਾਲਿਆ ਸਿਆਸਤਾਂ ਤੇ ਨਸ਼ਿਆਂ ਨੇ ਖਾਲੀਆਂ ਜੋਨੀਆਂ ਪਾਈ ਚਾਰਾ ਖਾਲਿਆ ਸਿਆਸਤਾਂ ਤੇ ਨਸ਼ਿਆਂ ਨੇ ਖਾਲੀਆਂ ਜੋਨੀਆਂ ਹੋ ਉਹ ਪੀਂਦੇ ਨੇ ਸ਼ਰਾਬਾਂ ਟੀਕੇ ਲਾਉਂਦੇ ਨੇ ਬਈ ਬਾਣ ਗਏ ਨਸ਼ੇੜੀ ਗਬਰੂ ਇੱਜ਼ਤਾਂ ਦਾ ਰਾਖਾ ਕੌਣ ਬਣੂਗਾ ਬਈ ਭੁੱਲ ਗਏ ਦਲੇਰੀ ਗਬਰੂ ਚਿੱਟੇ ਨੇ ਖਾਲਿਆ ਸ਼ਰੀਰਾਂ ਨੂੰ ਵੇ ਅੰਮਨੇ ਆ ਖਾਲਿਆ ਸ਼ਰੀਰਾਂ ਨੂੰ ਹੁੱਟਾਂ ਮਿੱਟਾਂ ਮੇਹੀ ਕਰਨ ਪਹਿਲਵਾਨੀਆਂ ਭਾਈ ਚਾਰਾ ਖਾਲਿਆ ਸਿਆਸਤਾ ਤਿੰਨ ਸ਼ਿਆਨੇ ਖਾਲੀਆਂ ਜਵਾਨੀਆਂ ਭਾਈ ਚਾਰਾ ਖਾਲਿਆ ਸਿਆਸਤਾ ਤੇ ਨਸ਼ਿਆਂ ਨੇ ਖਾਲੀਆਂ ਜੋਨੀਆਂ ਹੋ ਔਖੇ ਵੇਲੇ ਖੜੇ ਪਾਈ ਚਾਰਾ ਹੀ ਬਈ ਹੋਰ ਨਾ ਕਿਸੇ ਨੇ ਖੜਨਾ ਮਿੱਤਰੋ ਸਵਾਰੋ ਕੰਮ ਪਿੰਡ ਦੇ ਹੋ ਛੱਡੋ ਆਪਸ ਦੇ ਵਿੱਚ ਲੜਨਾ ਬੰਨ ਮਾਰੋ ਨਸ਼ਿਆਂ ਦੇ ਹੜ ਨੂੰ ਬੰਨ ਮਾਰੋ ਨਸ਼ਿਆਂ ਦੇ ਹੜ ਨੂੰ ਹੋ ਲਾਭ ਚੰਗਿਆ ਕੰਮਾਂ ਤੇ ਨੌਜਵਾਨੀਆਂ ਪਾਈ ਚਾਰਾ ਖਾਲਿਆ ਸਿਆਸਤਾਂ ਤੇ ਨਸ਼ਿਆਂ ਨੇ ਖਾਲੀਆਂ ਜੋਨੀਆਂ ਭਾਈ ਚਾਰਾ ਖਾਰਿਆ ਸਿਆਸਤਾਂ ਤੇ ਨਸ਼ਿਆਂ ਨੇ ਖਾਲੀਆਂ ਜੋਨੀਆਂ ਹੋ ਧੰਵਾਦ ਜੀ ਜੇ ਚੰਗਾ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਧੰਵਾਦ ਜੀ